ਇੱਕ ਆਪਾਂ ਕਹਿ ਸਕਦੇ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਆ, ਸੰਗਤਾਂ ਆ ਰਹੀਆਂ ਨੇ, ਇੱਕ ਇਹ ਵੀ ਪੱਖ ਹੈ ਕਿ ਕਿਤਾਬ ਮੇਲਾ ਲੱਗਿਆ ਹੋਇਆ ਵਾ, ਇੱਥੇ ਨੌਜਵਾਨ ਜਿਹੜੇ ਵੀਰ ਆ ਉਹ ਕਿਤਾਬਾਂ ਪੜ੍ਹਨ ਲਈ ਆ ਰਹੇ। ਤਾਂ ਜਿੰਨਾ ਸ਼ਬਦ ਸਾਡੇ ਘਰਾਂ 'ਚ ਜਾਣਾ ਚਾਹੀਦਾ ਉਸ ਲੈਵਲ 'ਤੇ ਨਹੀਂ ਜਾ ਰਿਹਾ, ਤਾਂ ਇਹਨੂੰ ਸਾਹਮਣੇ ਰੱਖਦਿਆਂ ਹੋਇਆ ਯੂਨੀਵਰਸਿਟੀ ਨੇ ਪਿਛਲੇ ਸਾਲ ਪਹਿਲਾ ਉਪਰਾਲਾ ਕੀਤਾ ਸੀ। ਐਤਕੀ ਲਗਭਗ ਪਿਛਲੇ ਸਾਲ ਨਾਲੋਂ ਡਿਓੜੇ ਪ੍ਰਕਾਸ਼ਕ ਅਤੇ ਜਿਹੜੇ ਪੁਸਤਕ ਵਿਕਰੇਤਾ ਨੇ ਉਹ ਯੂਨੀਵਰਸਿਟੀ ਆਏ ਨੇ। ਗੁਰਮਤਿ ਸਿਧਾਂਤ ਨਾਲ, ਗੁਰੂ ਸਾਹਿਬਾਨ ਦੇ ਸ਼ਹੀਦਾਂ ਦੇ ਸਿੱਖਾਂ ਦੇ ਇਤਿਹਾਸ ਨਾਲ ਸੰਬੰਧਿਤ ਹਜ਼ਾਰਾਂ ਦੀ ਗਿਣਤੀ 'ਚ ਟਾਈਟਲ ਇੱਥੇ ਜਿਹੜੇ ਨੇ ਉਹ ਆਏ ਹੋਏ ਨੇ। ਜਿਹੜੀ ਵੀ ਸੰਗਤ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ 'ਤੇ ਆਉਂਦੀ ਹੈ ਉਹ ਖੇਡ ਖਿਡੌਣੇ ਖਰੀਦਣ ਦੀ ਬਜਾਏ ਪੋਥੀ ਸ਼ਸਤਰ ਕਕਾਰ ਜੇ ਆਪਾਂ ਆਪਣੇ ਘਰਾਂ ਨੂੰ ਲੈ ਕੇ ਜਾਈਏ ਤਾਂ ਉਹ ਸਾਡਾ ਇੱਥੇ ਆਉਣਾ ਹੋਰ ਜ਼ਿਆਦਾ ਸਕਾਰਥ ਹੋਵੇ। ਮੈਂ ਦੇਖਿਆ ਕੱਲ੍ਹ ਅਸੀਂ ਇੱਥੇ ਨੋਟਿਸ ਕਰਦੇ ਸੀ ਬੱਚੇ ਕੀ ਖਰੀਦ ਰਹੇ ਨੇ, ਤਾਂ ਬੇਸ਼ੱਕ ਉਹ ਉਸ ਕਿਸਮ ਦੇ ਪੂਰੇ ਗ੍ਰੰਥ ਨਾ ਪੜ੍ਹ ਸਕਣ ਪਰ ਬੱਚਿਆਂ ਨੂੰ ਦੇਖ ਕੇ ਪਤਾ ਲੱਗਦਾ ਅਤੇ ਉਹ ਮਾਪਿਆਂ ਨੂੰ ਕਹਿੰਦੇ ਨੇ ਵੀ ਆਹ ਕਿਤਾਬ ਲੈਣੀ ਹੈ। ਕਹਿੰਦੇ ਕਿ ਜਿਹੜਾ ਸੋਸ਼ਲ ਮੀਡੀਆ ਉਹ ਜਦੋਂ ਤੂੰ ਤੁਹਾਡੇ ਸਾਹਮਣੇ ਵੀਡੀਓ ਬੋਲ ਰਹੀ ਤੁਸੀਂ ਵੇਖ ਰਹੇ ਹੋ, ਜਦੋਂ ਵੇਲਾ ਲੰਘ ਗਿਆ ਤਾਂ ਉਦੋਂ ਬਾਅਦ ਇੱਕ ਹਿਸਾਬ ਨਾਲ ਉਹ ਖਤਮ ਹੈ। ਕਿਤਾਬ ਇੱਕ ਇਹੋ ਜਿਹਾ ਸਰਮਾਇਆ ਹੈ ਕਿ ਤੁਹਾਡੇ ਘਰ ਜੇ ਕਿਤਾਬ ਜਾਂਦੀ ਹੈ ਤੁਸੀਂ ਪੜ੍ਹੋਗੇ, ਤੁਹਾਡੀ ਆਉਣ ਵਾਲੀ ਜਨਰੇਸ਼ਨ ਪੜ੍ਹੇਗੀ, ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਪੜ੍ਹੇਗੀ, ਅਤੇ ਕਿਤਾਬ ਇੱਕ ਪੱਕਾ ਸਰਮਾਇਆ। ਕਥਾ ਸੁਣਾਉਂਦੇ ਹੁੰਦੇ ਨੇ ਵੀ ਇੱਕ ਰਾਜਕੁਮਾਰੀ ਜੰਗਲ 'ਚ ਸੁੱਤੀ ਹੈ ਅਨੰਤ ਕਾਲ ਤੋਂ, ਇੱਕ ਰਾਜਕੁਮਾਰ ਜਾਂ ਕੁਝ ਬੰਦਾ ਸ਼ਿਕਾਰ ਖੇਡਣ ਗਿਆ ਖੁੰਝਿਆ ਹੋਇਆ ਉਸ ਮਹਿਲ 'ਚ ਪਹੁੰਚ ਜਾਂਦਾ, ਉਹ ਸੁੱਤੀ ਹੋਈ ਰਾਜਕੁਮਾਰੀ ਨੂੰ ਵੇਖ ਕੇ ਜਦੋਂ ਛੂੰਹਦਾ ਉੱਠ ਕੇ ਬਹਿ ਜਾਂਦੀ, ਕਹਿੰਦੀ ਅੱਜ ਤੋਂ ਮੈਂ ਵੀ ਤੇਰੀ, ਇਹ ਸਾਰਾ ਮਹਿਲ ਮੇਰੀ, ਸਾਰੀ ਇਹ ਵਿਰਾਸਤ ਵੀ ਤੇਰੀ। ਉਹ ਕਹਿੰਦਾ ਵੀ ਇਹ ਕਿਵੇਂ ਹੈ? ਉਹ ਕਹਿੰਦੀ ਵੀ ਮੈਨੂੰ ਵਰਦਾਨ ਇਹੀ ਹੈ ਕਿ ਜਿਹੜਾ ਬੰਦਾ ਤੈਨੂੰ ਆ ਕੇ ਸੁੱਤੀ ਨੂੰ ਜਗਾਏਗਾ ਛੂਹੇਗਾ ਵੀ ਉਹ ਸਭ ਤੇਰਾ ਸਭ ਕੁਛ ਉਹਦਾ ਹੋ ਜਾਏਗਾ। ਕਹਿੰਦੇ ਵੀ ਅਸਲ 'ਚ ਇਸ ਕਹਾਣੀ 'ਚ ਜਿਹੜੀ ਉਹ ਰਾਜਕੁਮਾਰੀ ਹੈ ਉਹ ਕਿਤਾਬ ਹੈ, ਕਿਤਾਬ ਕੁਛ ਵੀ ਲੁਕੋ ਕੇ ਨਹੀਂ ਰੱਖਦੀ, ਕਿਤਾਬ ਤੁਹਾਨੂੰ ਜਦੋਂ ਪਾਠਕ ਕਿਤਾਬ ਨੂੰ ਛੂੰਹਦਾ ਕਿਤਾਬ ਜਿਉਂਦੀ ਹੋ ਜਾਂਦੀ, ਨੀਂਦਰ 'ਚੋਂ ਜਾਗ ਜਾਂਦੀ, ਅਤੇ ਉਦੋਂ ਬਾਅਦ ਉਹ ਆਪਣੀ ਵਿਰਾਸਤ, ਆਪਣਾ ਗਿਆਨ, ਧਿਆਨ ਜੋ ਵੀ ਉਹਦੇ 'ਚ ਦਰਜ ਹੈ ਉਹ ਸਾਰਾ ਕੁਛ ਪਾਠਕ ਅੱਗੇ ਸਮਰਪਿਤ ਕਰ ਦਿੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਅਸੀਂ ਇਸ ਵੇਲੇ ਖੜ੍ਹੇ ਹੋਏ ਹਾਂ। ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਚੱਲ ਰਿਹਾ, ਜਿੱਥੇ ਵੱਖੋ ਵੱਖਰੇ ਥਾਵਾਂ 'ਤੇ ਲੰਗਰ ਲੱਗੇ ਹੋਏ ਜਿਹੜੇ ਦੇਖ ਰਹੇ ਨੇ ਜਾਂ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਲੋਕ ਜਿਹੜੇ ਆ ਸ਼ਹੀਦੀ ਜੋੜ ਮੇਲੇ ਨੂੰ ਮਨਾ ਰਹੇ ਆ, ਆਪਣੀ ਜ਼ਿੰਮੇਵਾਰੀ ਜਿਹੜੀ ਆ ਨਿਭਾ ਰਹੇ ਜਾਂ ਉਸ ਸਮੇਂ ਨੂੰ ਮਹਿਸੂਸ ਕਰ ਰਹੇ, ਉੱਥੇ ਇੱਕ ਸ਼ਹੀਦੀ ਜੋੜ ਮੇਲੇ ਦਾ ਇੱਕ ਇਹ ਵੀ ਪੱਖ ਹੈਗਾ ਜਿੱਥੇ ਇੱਕ ਕਿਤਾਬਾਂ ਦਾ ਜਿਹੜਾ ਆ ਬਹੁਤ ਵੱਡਾ ਸਟੋਲ ਲੱਗਿਆ, ਕਿਤਾਬਾਂ ਦਾ ਜਿਹੜਾ ਆ ਮੇਲਾ ਲੱਗਿਆ ਹੋਇਆ ਵਾ, ਜਿੱਥੇ ਵੱਖੋ ਵੱਖਰੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਆ ਉਹ ਆਪਣੇ ਕਿਤਾਬਾਂ ਦਾ ਜਿਨ੍ਹਾਂ ਵੱਲੋਂ ਸਟੋਲ ਲਾਇਆ ਗਿਆ ਆ, ਹਰ ਤਰ੍ਹਾਂ ਦੀ ਕਿਤਾਬ ਜਿਹੜੀ ਇੱਥੇ ਉਹ ਮਿਲ ਜਾਂਦੀ ਆ। ਤੁਸੀਂ ਤਸਵੀਰਾਂ ਦੇਖ ਸਕਦੇ, ਜਿਸ ਤਰ੍ਹਾਂ ਮੂਸਾ ਪਿੰਡ ਤੋਂ ਹੈਗੀ ਕਿਤਾਬ ਹੱਟ ਦੇ ਨਾਂ ਤੋਂ ਹੈਗੀ ਕਿਤਾਬ ਹੈਗੀ, ਅਤੇ ਗੁਰੂ ਸਰ ਪੁਸਤਕ ਭੰਡਾਰ ਹੈਗਾ ਆ, ਕਾਂਗ ਪਬਲਿਸ਼ਰ ਹੈਗੇ ਆ। ਸੋ ਅਲੱਗ ਅਲੱਗ ਵਿਵੇਕਗੜ੍ਹ ਪ੍ਰਕਾਸ਼ਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੈਗੇ ਆ। ਸੋ ਅਲੱਗ ਅਲੱਗ ਜਿਹੜੇ ਆ ਸੰਸਥਾਵਾਂ ਹੈਗੀਆਂ ਉਹਨਾਂ ਨੇ ਇੱਥੇ ਆਪਣੇ ਜਿਹੜੇ ਆ ਸਟੋਲ ਲਗਾਏ ਹੋਏ ਨੇ, ਅਤੇ ਲੋਕ ਇੱਥੇ ਆ ਕੇ ਆਪਣੀਆਂ ਕਿਤਾਬਾਂ ਖਰੀਦ ਕੇ ਲੈ ਕੇ ਜਾਂਦੇ। ਇੱਕ ਸ਼ਾਂਤੀ ਵਾਲਾ, ਇੱਕ ਵੱਖਰਾ ਜਿਹੜਾ ਮਾਹੌਲ ਹੈਗਾ ਇੱਥੇ, ਕੁਛ ਕੁ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵੱਲੋਂ ਇੱਥੇ ਵੀ ਇੱਕ ਸਟੋਲ ਲਗਾਇਆ ਗਿਆ ਆ। ਸਾਡੇ ਨਾਲ ਹਰਦੇਵ ਸਿੰਘ ਜੀ ਹੁਣੀ ਮੌਜੂਦ ਨੇ, ਗੱਲਬਾਤ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਇੱਕ ਆਪਾਂ ਕਹਿ ਸਕਦੇ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਆ, ਸੰਗਤਾਂ ਆ ਰਹੀਆਂ ਨੇ, ਇੱਕ ਇਹ ਵੀ ਪੱਖ ਹੈ ਕਿ ਕਿਤਾਬ ਮੇਲਾ ਲੱਗਿਆ ਹੋਇਆ ਵਾ, ਇੱਥੇ ਨੌਜਵਾਨ ਜਿਹੜੇ ਵੀਰ ਆ ਉਹ ਕਿਤਾਬਾਂ ਪੜ੍ਹਨ ਲਈ ਆ ਰਹੇ ਨੇ। ਜੀ,
ਆ ਪਿਛਲੇ ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਯੂਨੀਵਰਸਿਟੀ ਨੇ ਉਪਰਾਲਾ ਕੀਤਾ ਸੀਗਾ ਕਿ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਜੋੜ ਮੇਲੇ 'ਚ, ਉਹ ਉਸ ਲੈਵਲ 'ਤੇ, ਕਿਉਂਕਿ ਸਾਡਾ ਤਾਂ ਸ਼ਬਦ ਗੁਰੂ ਹੈ ਤਾਂ ਜਿੰਨਾ ਸ਼ਬਦ ਸਾਡੇ ਘਰਾਂ 'ਚ ਜਾਣਾ ਚਾਹੀਦਾ ਉਹ ਉਸ ਲੈਵਲ 'ਤੇ ਨਹੀਂ ਜਾ ਰਿਹਾ, ਤਾਂ ਇਹਨੂੰ ਸਾਹਮਣੇ ਰੱਖਦਿਆਂ ਹੋਇਆ ਯੂਨੀਵਰਸਿਟੀ ਨੇ ਪਿਛਲੇ ਸਾਲ ਪਹਿਲਾ ਉਪਰਾਲਾ ਕੀਤਾ ਸੀ। ਐਤਕੀ ਲਗਭਗ ਪਿਛਲੇ ਸਾਲ ਨਾਲੋਂ ਡਿਓੜੇ ਪ੍ਰਕਾਸ਼ਕ ਅਤੇ ਜਿਹੜੇ ਪੁਸਤਕ ਵਿਕਰੇਤਾ ਨੇ ਉਹ ਯੂਨੀਵਰਸਿਟੀ ਆਏ ਨੇ, ਅਤੇ ਤੁਸੀਂ ਦੇਖ ਰਹੇ ਹੋ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਸੰਗਤ ਦਾ ਹੁੰਗਾਰਾ ਬਹੁਤ ਸੋਹਣਾ ਜੀ। ਹਾਂ, ਕੱਲ੍ਹ ਤੋਂ ਲਗਭਗ ਇੱਥੇ ਹਰ ਵੇਲੇ ਜਿਹੜਾ ਫੁੱਟਫਾਲ ਹੈ ਉਹ ਸੰਗਤ ਦਾ ਹੈਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਗੁਰਮਤ ਸਿਧਾਂਤ ਨਾਲ, ਗੁਰੂ ਸਾਹਿਬਾਨ ਦੇ ਸ਼ਹੀਦਾਂ ਦੇ, ਸਿੱਖਾਂ ਦੇ ਇਤਿਹਾਸ ਨਾਲ ਸੰਬੰਧਿਤ ਹਜ਼ਾਰਾਂ ਦੀ ਗਿਣਤੀ 'ਚ ਟਾਈਟਲ ਇੱਥੇ ਜਿਹੜੇ ਨੇ ਉਹ ਆਏ ਹੋਏ ਨੇ, ਅਤੇ ਬੜੇ ਉੱਘੇ ਨਾਮੀ ਜਿਹੜੇ ਪ੍ਰਕਾਸ਼ਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਜੀ। ਅਤੇ ਸਾਨੂੰ ਖੁਸ਼ੀ ਹੈ, ਅਤੇ ਤੁਹਾਡੇ ਮਾਧਿਅਮ ਰਾਹੀਂ, ਪ੍ਰੋ ਪੰਜਾਬ ਦੇ ਮਾਧਿਅਮ ਰਾਹੀਂ ਅਸੀਂ ਬੇਨਤੀ ਵੀ ਕਰਨੀ ਚਾਹੁੰਦੇ ਹਾਂ, ਅਪੀਲ ਵੀ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਵੀ ਸੰਗਤ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ 'ਤੇ ਆਉਂਦੀ ਹੈ ਉਹ ਖੇਡ ਖਿਡੌਣੇ ਖਰੀਦਣ ਦੀ ਬਜਾਏ ਪੋਥੀ ਸ਼ਸਤਰ ਕਕਾਰ ਜੇ ਆਪਾਂ ਆਪਣੇ ਘਰਾਂ ਨੂੰ ਲੈ ਕੇ ਜਾਈਏ ਤਾਂ ਉਹ ਸਾਡਾ ਇੱਥੇ ਆਉਣਾ ਹੋਰ ਜ਼ਿਆਦਾ ਸਕਾਰਥਾ ਹੋਏਗਾ। ਇੱਕ ਭਾਅ ਜੀ, ਇਹ ਵੀ ਚੀਜ਼ ਇੱਥੇ ਬਣ ਜਾਂਦੀ ਹੈ ਕਿ ਆਪਣਾ ਫਰਜ਼, ਜਿਵੇਂ ਮੰਨ ਲਓ ਬਾਹਰ ਲੰਗਰ ਚੱਲ ਰਹੇ ਨੇ, ਦੁਕਾਨਾਂ ਲੱਗੀਆਂ ਹੋਈਆਂ ਨੇ, ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿੱਥੇ ਨੌਜਵਾਨ, ਜਦੋਂ ਜਿਹੜੀ ਚੀਜ਼ ਨੂੰ ਨੌਜਵਾਨ ਦੇਖਦੇ ਉੱਧਰ ਨੂੰ ਨੌਜਵਾਨ ਫਿਰ ਖਿੱਚੇ ਜਾਂਦੇ ਆ, ਜਦੋਂ ਹੁਣ ਕਿਤਾਬ ਮੇਲਾ ਨੌਜਵਾਨ ਦੇਖਦੇ ਕਿ ਤੁਸੀਂ ਉਹ ਚੀਜ਼ ਉਹਨਾਂ ਨੂੰ ਪਰੋਸੀ, ਕਿਤਾਬਾਂ ਦੀ ਮੇਲਾ ਦਿੱਤਾ ਤਾਂ ਨੌਜਵਾਨ ਆਪਣੇ ਆਪ ਖਿੱਚੇ ਆ ਰਹੇ ਆ ਜੀ। ਜੀ, ਆ ਨੌਜਵਾਨ ਵੀ, ਛੋਟੇ ਬੱਚੇ ਵੀ, ਬਜ਼ੁਰਗ ਵੀ, ਮੈਂ ਦੇਖਿਆ ਕੱਲ੍ਹ ਅਸੀਂ ਇੱਥੇ ਨੋਟਿਸ ਕਰਦੇ ਸੀ ਬੱਚੇ ਕੀ ਖਰੀਦ ਰਹੇ ਨੇ, ਤਾਂ ਬੇਸ਼ੱਕ ਉਹ ਉਸ ਕਿਸਮ ਦੇ ਪੂਰੇ ਗ੍ਰੰਥ ਨਾ ਪੜ੍ਹ ਸਕਣ ਪਰ ਬੱਚਿਆਂ ਨੂੰ ਦੇਖ ਕੇ ਪਤਾ ਲੱਗਦਾ ਅਤੇ ਉਹ ਮਾਪਿਆਂ ਨੂੰ ਕਹਿੰਦੇ ਨੇ ਵੀ ਆਹ ਕਿਤਾਬ ਲੈਣੀ ਹੈ, ਗੁਰਬਿਲਾਸ ਲੈਣਾ, ਸੂਰਜ ਪ੍ਰਕਾਸ਼ ਲੈਣਾ, ਪੰਥ ਪ੍ਰਕਾਸ਼ ਲੈਣਾ, ਜਨਮ ਸਾਖੀ ਲੈਣੀ ਹੈ। ਤਾਂ ਦੂਜਾ, ਸਾਡੇ ਵਾਈਸ ਚਾਂਸਲਰ ਸਾਹਿਬ ਆਉਂਦੇ ਹੁੰਦੇ ਨੇ, ਕਹਿੰਦੇ ਕਿ ਜਿਹੜਾ ਸੋਸ਼ਲ ਮੀਡੀਆ ਉਹ ਜਦੋਂ ਤੁਹਾਡੇ ਸਾਹਮਣੇ ਵੀਡੀਓ ਬੋਲ ਰਹੀ ਤੁਸੀਂ ਵੇਖ ਰਹੇ ਹੋ, ਜਦੋਂ ਵੇਲਾ ਲੰਘ ਗਿਆ ਤਾਂ ਉਦੋਂ ਬਾਅਦ ਇੱਕ ਹਿਸਾਬ ਨਾਲ ਉਹ ਖਤਮ ਹੈ। ਕਿਤਾਬ ਇੱਕ ਇਹੋ ਜਿਹਾ ਸਰਮਾਇਆ ਹੈ ਕਿ ਤੁਹਾਡੇ ਘਰ ਜੇ ਕਿਤਾਬ ਜਾਂਦੀ ਹੈ ਤੁਸੀਂ ਪੜ੍ਹੋਗੇ, ਤੁਹਾਡੀ ਆਉਣ ਵਾਲੀ ਜਨਰੇਸ਼ਨ ਪੜ੍ਹੇਗੀ, ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਪੜ੍ਹੇਗੀ, ਅਤੇ ਕਿਤਾਬ ਇੱਕ ਪੱਕਾ ਸਰਮਾਇਆ, ਅਤੇ ਕਿਤਾਬ ਖਰੀਦਣੀ, ਕਿਤਾਬ ਘਰ ਲੈ ਕੇ ਜਾਣੀ ਇਹ ਨਿਰਾਰਥਕ ਨਹੀਂ ਹੁੰਦੀ, ਇਹਨੇ ਆਪਣੀ ਕੀਮਤ ਪੂਰੀ ਕਰ ਹੀ ਦੇਣੀ ਕਿਤਾਬ ਨੇ। ਹਾਂਜੀ, ਜੇ ਕਿਤਾਬ ਘਰ ਪਈ ਵੀ ਆ, ਜੇ ਮੰਨ ਲਓ ਲੈ ਵੀ ਜਾਂਦਾ ਬੰਦਾ ਖੁਦ ਨਹੀਂ ਪੜ੍ਹਦਾ ਤਾਂ ਕੋਈ ਆਇਆ ਗਿਆ ਉਹੀ ਮੇਰੇ ਹਿਸਾਬ ਨਾਲ ਚੱਕ ਕੇ। ਹਾਂ ਬਿਲਕੁਲ, ਕਿਤਾਬ ਦਾ ਗੁਣ ਹੀ ਇਹ ਹੈ। ਇੱਕ ਉਹ ਕਥਾ ਸੁਣਾਉਂਦੇ ਹੁੰਦੇ ਨੇ ਵੀ ਇੱਕ ਰਾਜਕੁਮਾਰੀ ਜੰਗਲ 'ਚ ਸੁੱਤੀ ਹੈ ਅਨੰਤ ਕਾਲ ਤੋਂ, ਇੱਕ ਰਾਜਕੁਮਾਰ ਜਾਂ ਕੋਈ ਬੰਦਾ ਸ਼ਿਕਾਰ ਖੇਡਣ ਗਿਆ, ਖੁੰਝਿਆ ਹੋਇਆ ਉਸ ਮਹਿਲ 'ਚ ਪਹੁੰਚ ਜਾਂਦਾ, ਉਹ ਸੁੱਤੀ ਹੋਈ ਰਾਜਕੁਮਾਰੀ ਨੂੰ ਵੇਖ ਕੇ ਜਦੋਂ ਛੂੰਹਦਾ ਉੱਠ ਕੇ ਬਹਿ ਜਾਂਦੀ, ਕਹਿੰਦੀ ਅੱਜ ਤੋਂ ਮੈਂ ਵੀ ਤੇਰੀ, ਇਹ ਸਾਰਾ ਮਹਿਲ ਮੇਰੀ, ਸਾਰੀ ਇਹ ਵਿਰਾਸਤ ਵੀ ਤੇਰੀ। ਉਹ ਕਹਿੰਦਾ ਵੀ ਇਹ ਕਿਵੇਂ ਹੈ? ਉਹ ਕਹਿੰਦੀ ਵੀ ਮੈਨੂੰ ਵਰਦਾਨ ਇਹੀ ਹੈ ਕਿ ਜਿਹੜਾ ਬੰਦਾ ਤੈਨੂੰ ਆ ਕੇ ਸੁੱਤੀ ਨੂੰ ਜਗਾਏਗਾ, ਛੂਹੇਗਾ, ਵੀ ਉਹ ਸਭ ਤੇਰਾ ਸਭ ਕੁਛ ਉਹਦਾ ਹੋ ਜਾਏਗਾ। ਕਹਿੰਦੇ ਵੀ ਅਸਲ 'ਚ ਇਸ ਕਹਾਣੀ 'ਚ ਜਿਹੜੀ ਉਹ ਰਾਜਕੁਮਾਰੀ ਹੈ ਉਹ ਕਿਤਾਬ ਹੈ, ਕਿਤਾਬ ਕੁਛ ਵੀ ਲੁਕੋ ਕੇ ਨਹੀਂ ਰੱਖਦੀ, ਕਿਤਾਬ ਤੁਹਾਨੂੰ ਜਦੋਂ ਪਾਠਕ ਕਿਤਾਬ ਨੂੰ ਛੂੰਹਦਾ ਕਿਤਾਬ ਜਿਉਂਦੀ ਹੋ ਜਾਂਦੀ, ਨੀਂਦਰ 'ਚੋਂ ਜਾਗ ਜਾਂਦੀ, ਅਤੇ ਉਦੋਂ ਬਾਅਦ ਉਹ ਆਪਣੀ ਵਿਰਾਸਤ, ਆਪਣਾ ਗਿਆਨ ਧਿਆਨ ਜੋ ਵੀ ਉਹਦੇ 'ਚ ਦਰਜ ਹੈ ਉਹ ਸਾਰਾ ਕੁਛ ਪਾਠਕ ਅੱਗੇ ਸਮਰਪਣ ਕਰ ਦਿੰਦੀ। ਤਾਂ ਇਸ ਨੁਕਤੇ ਤੋਂ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਪੰਜਾਬ ਨੂੰ, ਸਿੱਖ ਪੰਥ ਨੂੰ ਅੱਖਰ ਨਾਲ ਜੁੜਿਆ ਹੋਣਾ ਚਾਹੀਦਾ ਉਹ ਅਸੀਂ ਉਸ ਲੈਵਲ 'ਤੇ ਨਹੀਂ, ਅਸੀਂ ਕਿਤੇ ਨਾ ਕਿਤੇ ਖੁੰਝ ਗਏ ਹਾਂ। ਸਾਡੀਆਂ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਸੀ, ਜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਾਡਾ ਵਿੱਦਿਅਕ ਪ੍ਰਬੰਧ, ਹੁਣ ਉਹਦੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਿ ਸਾਡੀ ਪੜ੍ਹਿਆਂ ਲਿਖਿਆਂ ਦੀ ਰੇਸ਼ੋ ਕਿੰਨੀ ਵੱਡੀ ਸੀ, ਅਤੇ ਹਰ ਆਮ ਖਾਸ ਨੂੰ ਜਿਹੜੀਆਂ ਸਾਡੀਆਂ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੀ, ਬਾਣੀ ਸੀ, ਉਹ ਕੰਠ ਸੀ, ਹੈ ਨਾ।
ਮੂਲ ਵਿੱਦਿਆ ਤਾਂ ਸਾਡੀ ਇਹੀ ਹੈ ਨਾ, ਗੁਰੂ ਸਾਹਿਬਾਨ ਦਾ ਵਿਰਸਾ। ਅੱਛਾ, ਹੁਣ ਅਸੀਂ ਥੋੜ੍ਹਾ ਜਿਹਾ ਉਸ ਨੁਕਤੇ ਨਿਗਾਹ ਤੋਂ ਪਿੱਛੇ ਰਹਿ ਗਏ ਹਾਂ, ਅਤੇ ਉਸ ਨੁਕਤੇ ਹੁਣ ਅਸੀਂ ਕੁਛ ਹੱਦ ਤੱਕ ਉਹਦੇ ਨਾਲੋਂ ਪਿੱਛੇ ਰਹਿ ਗਏ ਹਾਂ, ਅਤੇ ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ ਕਿ ਇਸ ਕਿਸਮ ਦੇ ਉਪਰਾਲੇ ਕੀਤੇ ਜਾਣ ਕਿ ਸਾਡੀ ਨੌਜਵਾਨੀ, ਸਾਡੇ ਬੱਚੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਦੁਬਾਰੇ ਤੋਂ ਸ਼ਬਦ ਨਾਲ, ਕਿਤਾਬ ਨਾਲ ਜੁੜਨ। ਜਿਸ ਤਰ੍ਹਾਂ ਜਿਹੜੇ ਪਾਠਕ ਇੱਥੇ ਆਉਂਦੇ ਆ, ਜਦੋਂ ਪਿਛਲੇ ਸਾਲ ਵੀ ਜਿਸ ਤਰ੍ਹਾਂ ਲੱਗਿਆ, ਅਤੇ ਉਹਨਾਂ ਨਾਲ ਵੀ ਸੰਪਰਕ ਕਰ ਰਹੇ ਹੋ ਜਾਂ ਉਹਨਾਂ ਦੇ ਕੰਟੈਕਟ ਵਗੈਰਾ ਵੀ ਮਿਲ ਰਹੇ ਆ ਜੀ? ਨਹੀਂ, ਫਿਲਹਾਲ ਅਸੀਂ ਇਹ, ਤੁਹਾਡਾ ਸੁਝਾਅ ਬਹੁਤ ਵਧੀਆ, ਇਹ ਅਸੀਂ ਕੀਤਾ ਨਹੀਂ। ਅਸੀਂ ਆਉਣ ਵਾਲੇ ਸਮੇਂ 'ਚ ਇਹ ਰੱਖਾਂਗੇ, ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਜਾਂ ਜਿਹੜੀ ਵਿਜ਼ਿਟਰ ਬੁੱਕ ਹੈ ਉਹ ਵੀ ਅਸੀਂ ਇੱਥੇ ਰੱਖੀਏ। ਅਤੇ ਪਰ ਇੰਨਾ ਹੈਗਾ ਕਿ ਅਸੀਂ ਵੇਖ ਕੇ ਨੋਟਿਸ ਜ਼ਰੂਰ ਕਰ ਰਹੇ ਹਾਂ ਕਿ ਬਜ਼ੁਰਗ ਕਿਸ ਕਿਸਮ ਦਾ ਲਿਟਰੇਚਰ ਲੈ ਰਹੇ ਨੇ, ਨੌਜਵਾਨ ਕਿਸ ਕਿਸਮ ਦਾ ਲੈ ਰਹੇ ਨੇ, ਬੀਬੀਆਂ ਕਿਸ ਕਿਸਮ ਦਾ ਲੈ ਰਹੀਆਂ ਨੇ। ਇਸ ਜੋੜ ਮੇਲੇ ਦੇ ਵਿੱਚ, ਪੁਸਤਕ ਮੇਲੇ ਦੇ ਵਿੱਚ ਪਰਿਵਾਰਕ ਜਿਹੜੇ ਰਿਸ਼ਤੇ ਨਾਤੇ ਨੇ ਉਹਨਾਂ ਤੋਂ ਲੈ ਕੇ ਸਿੱਖ ਫਿਲਾਸਫੀ ਤੱਕ ਵਿਸ਼ਵ ਦਾ ਜਿਹੜਾ ਅਮੀਰ ਸਾਹਿਤ ਹੈ ਉਹ ਓਰਿਜਨਲ ਰੂਪ 'ਚ, ਅਤੇ ਉਹਦਾ ਅਨੁਵਾਦ, ਜਿਹੜੀਆਂ ਸਾਡੀਆਂ ਪਰੰਪਰਾ ਦੇ ਗ੍ਰੰਥ ਨੇ, ਜਿਹੜਾ ਆਧੁਨਿਕ ਇਤਿਹਾਸ ਹੈ, ਸਾਡਾ ਆਧੁਨਿਕ ਸਾਹਿਤ ਹੈ, ਉਹ ਇਹਦਾ ਖੇਤਰ ਬਹੁਤ ਵਸੀ ਹੈ। ਜੇ ਤੁਸੀਂ ਦੇਖੋਗੇ ਨਾ, ਟਾਈਟਲ ਬਹੁਤ ਵੰਨ ਸਵੰਨੇ ਨੇ, ਅਤੇ ਉਹ ਅਸੀਂ ਨੋਟਿਸ ਕਰ ਰਹੇ ਹਾਂ ਕਿ ਕੌਣ ਕਿੱਦਾਂ ਦਾ ਪਸੰਦ ਕਰਦਾ ਅਤੇ ਕੀ ਖਰੀਦ ਰਿਹਾ। ਅੱਛਾ ਭਾਅ ਜੀ, ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ, ਕਾਫੀ ਕੁਛ ਐਪਸ ਤੋਂ ਮਿਲ ਜਾਂਦਾ ਆ, ਪਰ ਸਮਾਂ ਆਉਣ 'ਤੇ ਕਈ ਵਾਰ ਉਹ ਡਿਲੀਟ ਵੀ ਹੋ ਜਾਂਦਾ ਜਾਂ ਉਹਨੂੰ ਡਿਲੀਟ ਕਿਸੇ ਵੀ ਤਰੀਕੇ ਨਾਲ ਉਹ ਖਤਮ ਵੀ ਹੋ ਜਾਂਦਾ ਆ। ਪਰ ਮੈਂ ਇੱਕ ਗੱਲ ਜ਼ਰੂਰ ਵਿੱਚ ਜੋੜਨੀ ਚਾਹੂੰਗਾ, ਥੋੜ੍ਹੀ ਲੰਬੀ ਹੋ ਸਕਦੀ ਆ। ਮੈਨੂੰ ਟ੍ਰੇਨ ਦੇ ਵਿੱਚ ਇੱਕ ਅੰਕਲ ਜੀ ਮਿਲੇ ਸੀਗੇ 84-85 ਸਾਲ ਦੇ, ਉਹ ਕਹਿੰਦੇ ਮੇਰੇ ਕੋਲ 84 ਦੇ ਵਿੱਚ ਜੋ ਘੱਲੂਘਰ ਆਇਆ ਸੀ ਉਸ ਸਮੇਂ ਦੇ ਅਖਬਾਰਾਂ ਦੇ ਕੱਟ ਤੱਕ ਪਏ ਹੋਏ ਆ, ਵੀ ਜੋ ਅਖਬਾਰਾਂ ਦੇ ਵਿੱਚ ਬਿਆਨ ਵਗੈਰਾ ਆਉਂਦੇ ਹੁੰਦੇ ਸੀਗੇ। ਸੋ ਕਹਿਣ ਦਾ ਮਤਲਬ, ਕਿਤਾਬਾਂ ਜੇ ਆਪਣੇ ਕੋਲ ਪਈਆਂ ਉਹਨਾਂ ਨੂੰ ਆਪਾਂ ਸਾਂਭ ਕੇ ਰੱਖਾਂਗੇ ਤਾਂ ਇੱਕ ਇਤਿਹਾਸ ਆ ਜਾਏ, ਪੱਕੀ ਜਾਣਕਾਰੀ ਆਪਣੇ ਕੋਲ, ਇਹਨਾਂ ਨੂੰ ਮਿਟਾ ਨਹੀਂ ਸਕਦਾ ਜੀ। ਬਿਲਕੁਲ, ਕਿਤਾਬ ਦਾ ਕੋਈ ਬਦਲ ਨਹੀਂ ਹੈ। ਇੱਕ ਤਾਂ ਤੁਸੀਂ ਇਹ ਦੇਖੋ ਕਿ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਹਾਂ, ਜਦੋਂ ਤੁਸੀਂ ਕਿਤਾਬ ਨੂੰ ਪੜ੍ਹਦੇ ਹੋ, ਪੰਜਾਬ ਦੇ ਬੰਦੇ ਦਾ ਪੁਰਾਣੇ ਬਜ਼ੁਰਗ ਤਾਂ ਇਹ ਸੀਗੇ ਕਿ ਜਿਸ ਕਾਗਜ਼ 'ਤੇ ਗੁਰਮੁਖੀ ਅੱਖਰ ਲਿਖੇ ਹੋਏ ਨੇ ਉਹ ਜ਼ਮੀਨ 'ਤੇ ਨਹੀਂ ਸਨ ਡਿੱਗਣ ਦਿੰਦੇ। ਤਾਂ ਸ਼ਬਦ ਬਾਰੇ, ਅੱਖਰ ਬਾਰੇ, ਕਿਤਾਬ ਬਾਰੇ ਜਿਹੜੀ ਸਾਡਾ ਮਨੋਵਿਗਿਆਨ ਹੈ, ਜਿਹੜੀ ਸਾਡੀ ਸੰਕਲਪਨਾ ਹੈ, ਉਹ ਬਹੁਤ ਅਮੀਰ ਹੈ ਅਤੇ ਬੜੀ ਪਵਿੱਤਰ ਹੈ। ਜਦੋਂ ਤੁਸੀਂ ਹੱਥ 'ਚ ਕਿਤਾਬ ਫੜ ਕੇ ਪੜ੍ਹਦੇ ਹੋ ਉਹਦਾ ਤੁਹਾਡੇ 'ਤੇ ਅਸਰ ਬਿਲਕੁਲ ਹੋਰ ਤਰ੍ਹਾਂ ਦਾ ਹੋਣਾ ਹੈ ਨਾ। ਦੂਜੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਉਹਦਾ ਆਪਣਾ ਮਹੱਤਵ ਹੈ, ਪਰ ਸੋਸ਼ਲ ਮੀਡੀਆ ਤੁਹਾਨੂੰ ਚੀਜ਼ਾਂ ਟੁਕੜਿਆਂ 'ਚ ਪੇਸ਼ ਕਰਦਾ, ਹਿੱਸਿਆਂ 'ਚ ਪੇਸ਼ ਕਰਦਾ, ਅਤੇ ਕਈ ਵਾਰੀ ਉਹ ਪ੍ਰਮਾਣਿਕ ਵੀ ਨਹੀਂ ਹੁੰਦੀਆਂ ਚੀਜ਼ਾਂ। ਕਿਤਾਬ ਦਾ ਖਾਸੀਅਤ ਇਹ ਹੈ ਕਿ ਪ੍ਰਕਾਸ਼ਕ ਕੋਈ ਵੀ ਹੋਵੇ, ਖਾਸ ਕਰਕੇ ਜਿਹੜੇ ਯੂਨੀਵਰਸਿਟੀ ਵਰਗੇ ਅਦਾਰੇ ਜਾਂ ਜਿਹੜੇ ਵੱਡੀਆਂ ਸੰਸਥਾਵਾਂ, ਉਹ ਕਿਤਾਬ ਛਾਪਣ ਤੋਂ ਪਹਿਲਾਂ ਇਹ ਦੇਖਦੇ ਨੇ ਕਿ ਇਹਦੀ ਜਾਣਕਾਰੀ ਪ੍ਰਮਾਣਿਕ ਹੈ, ਇਹਨੂੰ ਕੌਣ ਲਿਖ ਰਿਹਾ, ਇਹ ਕਿਸ ਵਿਸ਼ੇ 'ਤੇ ਲਿਖੀ ਗਈ ਹੈ। ਤਾਂ ਉਸ ਨੁਕਤੇ ਤੋਂ ਵੀ ਕਿਤਾਬ ਦੀ ਜਿਹੜੀ ਇੰਪੋਰਟੈਂਸ ਹੈ ਵੱਧ ਜਾਂਦੀ, ਕਿਉਂਕਿ ਕਿਤਾਬ ਤੁਹਾਡੇ ਕੋਲ ਪ੍ਰਮਾਣਿਕ ਅਤੇ ਮੁਕੰਮਲ ਜਾਣਕਾਰੀ, ਜਿਸ ਵਿਸ਼ੇ 'ਤੇ ਕਿਤਾਬ ਲਿਖੀ ਹੈ, ਘੱਟੋ ਘੱਟ ਉਸ ਵਿਸ਼ੇ ਦੇ ਸਾਰੇ ਪੱਖਾਂ ਨੂੰ ਉਹ ਬਿਆਨ ਕਰਨ ਦੀ ਕੋਸ਼ਿਸ਼ ਕਰਦੀ। ਜੀ ਹਾਂ ਜੀ ਬਾਈ, ਇੱਥੇ ਹੁਣ ਜਿਹੜੇ ਸਟੋਲ ਆ ਉਹ ਕਿੰਨੇ ਟੋਟਲ ਸਟੋਲ ਲੱਗੇ ਹੋਏ ਆ? ਇਹਦੇ 'ਚ ਅਸੀਂ 30 ਸਟੋਲ ਇਸ਼ੂ ਕੀਤੇ ਸੀਗੇ, ਐਡਵਾਂਸ ਰਜਿਸਟ੍ਰੇਸ਼ਨ ਹੋਈ ਸੀ, ਕੁਛ ਬੰਦਿਆਂ ਨੂੰ ਕੁਛ ਰਹਿ ਗਏ ਸੀ ਰਜਿਸਟ੍ਰੇਸ਼ਨ ਤੋਂ, ਪਰ ਕਿਉਂਕਿ ਰਸ਼ ਬਹੁਤ ਜ਼ਿਆਦਾ, ਸੰਗਤ ਦਾ ਇਕੱਠ ਹੈ ਕਿ ਐਡਵਾਂਸ ਅੰਦਾਜ਼ੇ ਨਾਲੋਂ ਜ਼ਿਆਦਾ ਹੋ ਗਿਆ, ਕੁਛ ਬੰਦੇ ਸਾਡੇ ਪਿੱਛੇ ਫਸੇ ਹੋਏ ਨੇ, ਮੈਨੂੰ ਲੱਗਦਾ 1-2 ਪ੍ਰਕਾਸ਼ਕ ਹਾਲੀ ਨਹੀਂ ਪਹੁੰਚੇ, ਬਾਕੀ ਸਾਰੇ ਪ੍ਰਕਾਸ਼ਕ ਉਹਨਾਂ ਨੇ ਆਪਣੇ ਸਟਾਲ ਲਾਏ ਹੋਏ ਨੇ ਅਤੇ ਸੰਗਤ ਲਾਹਾ ਲੈ ਰਹੀ ਜੀ।
ਸੋ ਬਹੁਤ ਹੀ ਸੋਹਣਾ ਜਿਹੜਾ ਆ ਉਪਰਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਇੱਥੇ ਕੀਤਾ ਗਿਆ ਆ। ਕਾਫੀ ਸਟਾਲ ਜਿਹੜੇ ਇੱਥੇ ਲੱਗੇ ਹੋਏ, ਵੱਖੋ ਵੱਖਰੇ ਸਟਾਲ, ਵੱਖੋ ਵੱਖਰੀਆਂ ਪ੍ਰਦਰਸ਼ਨੀਆਂ ਜਿਹੜੀਆਂ, ਵੱਖੋ ਵੱਖਰੇ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਇੱਥੋਂ ਮਿਲਦੀਆਂ। ਸੋ ਤੁਸੀਂ ਇੱਥੇ ਆਉਂਦੇ ਹੋ ਤਾਂ ਇਸ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਅੰਦਰ ਜਦੋਂ ਐਂਟਰ ਕਰਦੇ ਹੋ ਤਾਂ ਨਾਲੇ ਜਿਹੜਾ ਤੁਹਾਨੂੰ ਕਿਤਾਬ ਦਾ ਜਿਹੜਾ ਪੁਸਤਕ ਮੇਲਾ ਲੱਗਿਆ ਹੋਇਆ ਜਿਹੜਾ ਉਹ ਦਿਖ ਜਾਊਗਾ, ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਿਤਾਬ ਜਿਹੜੀ ਇੱਥੋਂ ਖਰੀਦ ਸਕਦੇ ਹੋ। ਸੋ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਖਾਸ ਮਹੱਤਵ ਆ, ਅਤੇ ਕਿਤਾਬਾਂ ਵਿੱਚ ਜੋ ਲਿਖਿਆ ਗਿਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਉਹ ਐਡਿਟ ਹੋ ਜਾਂਦਾ ਜਾਂ ਮਿਟ ਜਾਂਦਾ, ਇਹ ਕਦੇ ਵੀ ਜਿਹੜਾ ਮਿਟਾਇਆ ਨਹੀਂ ਜਾ ਸਕਦਾ, ਅਤੇ ਇਹਦੇ ਨਾਲ ਜਾਣਕਾਰੀ ਵਿੱਚ ਵੀ ਜਿਹੜਾ ਵਾਧਾ ਹੁੰਦਾ। ਕੈਮਰਾਮੈਨ ਵਤਨ ਦੇ ਨਾਲ ਅਮਨਦੀਪ ਸਿੰਘ ਗੜੀ, ਪ੍ਰੋ ਪੰਜਾਬ ਟੀਵੀ, ਸ਼੍ਰੀ ਫਤਿਹਗੜ੍ਹ ਸਾਹਿਬ।